हेलो स्टूडेंट्स वेलकम टू स्टडी पॉइंट 44 हां जी पंजाब पुलिस कॉन्स्टेबल दी ऑफिशियल आंसर की आउट ਹੋਣ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਦੇ ਡਾਊਟਸ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ऑफिशियल आंसर की ਆਊਟ ਕੀਤੀ ਗਈ ਹੈ ਉਹਦੇ ਵਿੱਚ ਕਾਫੀ ਮਿਸਟੇਕ ਹੈਗੀਆਂ ਨੇ ਯਾਨੀ ਕਿ ਜਿਹੜਾ ਸਹੀ ਆਨਸਰ ਮੈਂਸ਼ਨ ਕੀਤਾ ਹੋਣਾ ਚਾਹੀਦਾ ਸੀ ਉਸ ਨੂੰ ਗਲਤ ਮਾਰਕ ਕੀਤਾ ਹੋਇਆ ਹੈ ਠੀਕ ਹੈ ਐਦਾਂ ਦੇ ਕੁਝ ਬੱਚਿਆਂ ਦੇ ਡਾਊਟਸ ਹੈਗੇ ਨੇ ਕੁਝ ਮੈਨੂੰ ਪਰਸਨਲੀ ਮੈਸੇਜ ਆਏ ਆਏ ਸਨ ਕਿ ਸਾਰੇ ਜਿਹੜੀ ਸਾਡੀ ਅਨਸਰ ਕੀ ਆਊਟ ਕੀਤੀ ਗਈ ਆ ਠੀਕ ਆ ਚਾਚਾੜਾ ਮੇਰਾ ਪੇਪਰ ਸੀਗਾ ਤਾਂ ਉਹਦੇ ਵਿੱਚ ਕਾਫੀ ਮਿਸਟੇਕ ਦੇਖਣ ਨੂੰ ਮਿਲਿਆ ਨੇ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਤੁਹਾਨੂੰ ਪਤਾ ਟੋਟਲ 150 ਨੰਬਰ ਦਾ ਪੇਪਰ ਹੋਇਆ ਸੀਗਾ 100 ਨੰਬਰ ਦਾ ਪੇਪਰ ਸੀਗਾ ਜਿਹਦੇ ਵਿੱਚ ਜੀਕੇ ਦਾ ਪੋਰਸ਼ਨ ਸੀਗਾ ਠੀਕ ਹੈ ਇਸ ਤਰ੍ਹਾਂ ਆ ਮੈਥ ਰੀਜ਼ਨਿੰਗ ਇੰਗਲਿਸ਼ ਪੰਜਾਬੀ ਐਂਡ ਕੰਪਿਊਟਰ ਦਾ ਪੋਰਸ਼ਨ ਸੀਗਾ 100 ਨੰਬਰ ਦੇ ਪੇਪਰ ਚ ਐਂਡ ਇੱਕ 50 ਨੰਬਰ ਦਾ ਪੇਪਰ ਹੋਇਆ ਸੀਗਾ ਜਿਹਦੇ ਵਿੱਚ ਓਨਲੀ ਪੰਜਾਬੀ ਸੀਗੀ ਉਹ ਸਿਰਫ ਕੁਆਲੀਫਾਈ ਨੇਚਰ ਦਾ ਪੇਪਰ ਸੀਗਾ ਯਾਨੀ ਕਿ ਉਹਦੇ ਵਿੱਚੋਂ ਤੁਸੀਂ 25 ਨੰਬਰ ਲੈਣੇ ਸੀਗੇ ਜੇਕਰ ਤੁਹਾਡੇ ਦੂਜੇ ਪੇਪਰ ਵਿੱਚੋਂ ਯਾਨੀ ਕਿ ਜਿਹੜਾ ਬਾਅਦ ਵਿੱਚ ਪੇਪਰ ਮੈਂਸ਼ਨ ਕੀਤਾ ਹੋਇਆ ਹੈ 50 ਨੰਬਰ ਦਾ ਉਹਦੇ ਵਿੱਚੋਂ ਜੇਕਰ ਤੁਹਾਡੇ 25 ਨੰਬਰ ਬਣ 파 ਰਹੇ ਨੇ ਤਾਂ ਤੁਸੀਂ ਪੇਪਰ 2 ਦੇ ਲਈ ਐਲੀਜੀਬਲ ਹੈਗੇ ਹੋ ਜੇਕਰ 25 ਨੰਬਰ ਉਹਦੇ ਵਿੱਚੋਂ ਨਹੀਂ ਬਣ 파 ਰਹੇ ਚਾਹੇ ਤੁਹਾਡੇ ਸੈਕਿੰਡ ਪੇਪਰ ਦੇ ਵਿੱਚੋਂ ਯਾਨੀ ਕਿ ਜਿਹੜਾ 100 ਨੰਬਰ ਦਾ ਪੇਪਰ ਸੀਗਾ ਉਹਦੇ ਵਿੱਚੋਂ ਜੇਕਰ ਤੁਹਾਡੇ 90 ਵੀ ਨੰਬਰ ਹੈਗੇ ਨੇ ਬਟ ਜਿਹੜਾ 50 ਨੰਬਰ ਦਾ ਪੇਪਰ ਸੀਗਾ ਉਹਦੇ ਵਿੱਚੋਂ ਜੇਕਰ ਤੁਹਾਡੇ 24 ਨੰਬਰ ਵੀ ਹੈਗੇ ਨੇ ਤਾਂ ਦੂਜਾ ਜਿਹੜਾ ਪੇਪਰ ਹੈ ਉਹ ਕਿਸੇ ਕੰਮ ਦਾ ਨਹੀਂ ਹੋਏਗਾ। ਯਾਨੀ ਕਿ ਪਹਿਲਾ ਪੇਪਰ ਜਿਹੜਾ ਹੈਗਾ 100 ਨੰਬਰ ਦਾ ਐਂਡ ਜਿਹੜਾ ਦੂਜਾ ਪੇਪਰ 50 ਨੰਬਰ ਦਾ ਸੀਗਾ 50 ਨੰਬਰ ਵਾਲਾ ਜਿਹੜਾ ਪੇਪਰ ਸੀ ਉਹਦੇ ਵਿੱਚੋਂ ਤੁਹਾਡੇ 25 ਨੰਬਰ ਹੋਣੇ ਜ਼ਰੂਰੀ ਨੇ ਤਾਂ ਹੀ ਤੁਸੀਂ ਦੂਜੇ ਪੇਪਰ ਤੱਕ ਪਹੁੰਚ ਸਕੋਗੇ। ਅੱਜ ਆਪਾਂ ਇਸ ਵੀਡੀਓ ਵਿੱਚ ਇਹ ਗੱਲ ਕਰਨੀ ਸੀ ਕਿ ਜਿਹੜੀ ਕੱਟ ਆਫ ਹੈ ਯਾਨੀ ਕਿ ਜਿਹੜੀ merit list ਆ ਠੀਕ ਹੈ ਉਹ ਕਿਹੜੇ ਨੰਬਰਾਂ ਦੇ ਆਧਾਰ ਤੇ ਬਣਾਈ ਜਾਵੇਗੀ ਤਾਂ ਇਹਦੇ ਵਿੱਚ ਜਿਹੜਾ 100 ਨੰਬਰ ਦਾ ਪੇਪਰ ਸੀਗਾ 100 ਨੰਬਰ ਦਾ ਠੀਕ ਹੈ 100 ਨੰਬਰ ਦਾ ਜਿਹੜਾ ਪੇਪਰ ਸੀਗਾ ਉਹਦੇ ਵਿੱਚੋਂ ਹੀ ਜਿਹੜੀ ਕੱਟ ਆਫ ਬਣੇਗੀ ਠੀਕ ਹੈ ਜਿਹੜਾ ਬੱਚਾ ਪਹਿਲੇ ਪੇਪਰ ਵਿੱਚੋਂ ਪਾਸ ਨਹੀਂ ਹੋਇਆ ਉਹ ਦੂਜੇ ਪੇਪਰ ਵਿੱਚ ਨਹੀਂ ਪਹੁੰਚੇਗਾ ਪਰ ਜਿਹੜਾ ਬੱਚਾ ਪਹਿਲੇ ਪੇਪਰ ਵਿੱਚੋਂ ਪਾਸ ਹੋਇਆ ਸੀ ਉਹ ਸੈਕਿੰਡ ਪੇਪਰ ਵਿੱਚ ਪਹੁੰਚੇਗਾ ਐਂਡ ਜਿਹੜਾ 100 ਨੰਬਰ ਦਾ ਪੇਪਰ ਸੀਗਾ ਉਹਦੇ ਆਧਾਰ ਤੇ ਜਿਹੜੀ ਆ ਕੱਟ ਆਫ ਆਪਾਂ ਨੂੰ ਦੇਖਣ ਨੂੰ ਮਿਲੇਗੀ ਕੱਟ-ਆਫ ਅਧੀ ਜੇਕਰ ਆਪਾਂ ਗੱਲ ਕਰੀਏ ਆਪਾਂ ਇੱਕ ਆਈਡੀਆ ਨਹੀਂ ਲਗਾ ਸਕਦੇ ਕੱਟ-ਆਫ ਕਿੱਥੋਂ ਤੱਕ ਰਹੇਗੀ ਆਪਾਂ ਇੱਕ ਪੋਲ ਕਰਵਾਇਆ YouTube ਦੇ ਉੱਪਰ ਠੀਕ ਹੈ YouTube ਤੇ ਤੁਸੀਂ ਅ ਵੇਸਟ ਕਰਨਾ ਆਪਣੇ ਚੈਨਲ ਤੇ study.point44 ਉੱਥੇ ਕਮਿਊਨਿਟੀ ਇੱਕ ਪੋਸਟ ਮੈਂ ਪਾਈ ਆ ਉਹਦੇ ਪੋਲ ਵਿੱਚ ਤੁਸੀਂ ਆਪਣਾ ਹਿੱਸਾ ਜ਼ਰੂਰ ਦੇਣਾ ਯਾਨੀ ਕਿ ਵੋਟ ਪਾਉਣੀ ਹੈ ਤਾਂ ਜੋ ਆਪਾਂ ਪਤਾ ਲਗਾ ਸਕੀਏ ਕਿ ਜਿਹੜੀ ਕੱਟ-ਆਫ ਹੈ ਕਿੱਥੋਂ ਤੱਕ ਰਹਿਣ ਦੀ ਪੋਸਿਬਿਲਿਟੀ ਰਹੇਗੀ ਜਿੰਨੇ ਵੀ ਤੁਹਾਡੇ 100 ਦੇ ਵਿੱਚੋਂ ਨੰਬਰ ਬਣਨਗੇ ਉਹਦੇ ਤੇ ਤੁਸੀਂ ਟਿਕ ਕਰਨਾ ਹੈ ਠੀਕ ਹੈ ਇਸ ਤੋਂ ਲਾ ਵਾ ਜੇਕਰ ਆਪਾਂ ਗੱਲ ਕਰੀਏ ਆਫੀਸ਼ੀਅਲ ਆਨਸਰ ਕੀ ਦੀ ਤਾਂ ਆਫੀਸ਼ੀਅਲ ਆਨਸਰ ਕੀ ਆਪਾਂ ਨੂੰ ਇਸ ਮਹੀਨੇ ਦੇ ਲਾਸਟ ਵੀਕ ਤੱਕ ਦੇਖਣ ਨੂੰ ਮਿਲ ਸਕਦੀ ਹੈ ਬਟ ਸ਼ੋਰ ਨਹੀਂ ਕਹਿੰਦੇ ਕਿ ਇਸ ਮੰਥ ਦੇ ਵਿੱਚ ਆ ਜਾਵੇਗੀ ਕਿਉਂਕਿ ਪੇਪਰ ਜਿਹੜਾ ਹੈ ਕਾਫੀ ਲੰਬੇ ਸਮੇਂ ਤੱਕ ਚੱਲਿਆ ਸੀ ਤਾਂ ਆਨਸਰ ਕੀ ਜਿਹੜੀ ਹੈਗੀ ਆਫੀਸ਼ੀਅਲ ਉਸ ਨੂੰ ਵੀ ਆਉਣ ਤੇ ਟਾਈਮ ਲੱਗ ਸਕਦਾ ਹੈ ਐਂਡ ਜੇਕਰ ਤੁਹਾਡੀਆਂ ਕੋਈ ਓਬਜੈਕਸ਼ਨ ਬਣਦੀਆਂ ਨੇ ਤਾਂ ਉਹ ਵੀ ਤੁਸੀਂ ਮੈਨੂੰ ਜਰੂਰ ਦੱਸਣਾ ਠੀਕ ਹੈ ਮੇਰਾ ਨੰਬਰ ਹੈਗਾ ਤੁਹਾਨੂੰ ਮੈਂ ਦੱਸ ਦਿੰਦਾ 99 146 48 0 8 ਠੀਕ ਹੈ ਇਸ ਨੰਬਰ ਤੇ ਤੁਸੀਂ ਮੈਨੂੰ WhatsApp ਥਰੂ ਮੈਸੇਜ ਕਰਨਾ ਜੇਕਰ ਤੁਹਾਡੀ ਆਨਸਰ ਕੀ ਚੱਕ ਨਹੀਂ ਹੋ 파ਰੀ ਜਾਂ ਤੁਹਾਡੀ ਕੋਈ ਵੀ ਆਬਜੈਕਸ਼ਨ ਬੰਦੀ ਹੈ ਤੁਸੀਂ ਮੈਨੂੰ ਪੇਪਰ ਸੈਂਡ ਕਰ ਸਕਦੇ ਠੀਕ ਹੈ ਪ੍ਰਿੰਟ ਪ੍ਰਿੰਟ ਦੀ অপਸ਼ਨ ਤੇ ਤੁਸੀਂ ਜਾਣਾ ਹੈ ਸੇਵ ਐਜ਼ ਪੀਡੀਐਫ ਕਰਕੇ ਫਿਰ ਤੁਸੀਂ ਮੈਨੂੰ ਜਿਹੜਾ ਵਟਸਐਪ ਤੇ ਆਪਣਾ ਪੇਪਰ ਸੈਂਡ ਕਰ ਸਕਦੇ ਜੇ ਜੇਕਰ ਤੁਹਾਨੂੰ ਕੋਈ ਡਾਊਟ ਲੱਗਦਾ। ਬਾਕੀ ਜਿਹੜੀ ਕੱਟਆਫ ਹੈ ਵੈਸੇ ਤਾਂ ਤੁਹਾਨੂੰ ਪਤਾ ਹੈ 2021 ਦੇ ਵਿੱਚ ਜਿਹੜਾ ਪੇਪਰ ਕੰਡਕਟ ਕਰਾਇਆ ਗਿਆ ਸੀ ਤਾਂ ਉਹਦੇ ਵਿੱਚ ਵੀ ਕੱਟਆਫ ਆਪਾਨੂੰ ਕਾਫੀ ਹਾਈ ਦੇਖਣ ਨੂੰ ਮਿਲੀ ਸੀ। ਤਾਂ ਇਹਦੀ ਵੀ ਕੱਟਆਫ ਹਾਈ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪਿਛਲੀ ਵਾਰ ਪੋਸਟਾਂ ਸੀਗੀਆਂ 4300 ਐਸ ਵਾਰੀ ਪੋਸਟਾਂ ਲਗ ਭਾ 1700 ਦੇ ਕਰੀਬ ਹੈਗੀਆਂ ਨੇ। ਠੀਕ ਹੈ। ਯਾਨੀ ਕਿ ਪਿਛਲੀ ਵਾਰ ਪੋਸਟਾਂ ਇਹਦੀਆਂ ਦੋ ਗੁਣਾ ਸੀਗੀਆਂ। ਦੋ ਗੁਣਾ ਤੋਂ ਵੀ ਵੱਧ ਪੋਸਟਾਂ ਐਸ ਵਾਰ ਕੀ ਹੈ ਬੱਚੇ ਵੀ ਵੈਸੇ ਕੱਟ ਹੈਗੇ ਨੇ ਇਸ ਵਾਰ ਪਿਛਲੀ ਵਾਰ ਬੱਚੇ ਜ਼ਿਆਦਾ ਸੀਗੇ ਐਸ ਵਾਰ ਬੱਚੇ ਬਹੁਤ ਕੱਟ ਹੈਗੇ ਨੇ ਜੇਕਰ ਆਪਾਂ 2021 ਦੇ ਪੇਪਰ ਦੇ ਮੁਤਾਬਿਕ ਦੇਖੀਏ ਤਾਂ ਤਾਂ ਕੱਟ ਆਫ ਬਾਰੇ ਜੇਕਰ ਆਪਾਂ ਗੱਲ ਕਰੀਏ ਪੇਪਰ ਦੇ ਲੈਵਲ ਵੀ ਕਾਫੀ ਵਧੀਆ ਦੇ ਸੀਗੇ ਕਿਸੇ ਸ਼ਿਫਟ 'ਚ ਵਧੀਆ ਲੈਵਲ ਦਾ ਪੇਪਰ ਸੀਗਾ ਕਿਸੇ ਸ਼ਿਫਟ 'ਚ ਆਪਾਂ ਮੀਡੀਅਮ ਈਜ਼ੀ ਲੈਵਲ ਦਾ ਵੀ ਪੇਪਰ ਕਹਿ ਸਕਦੇ ਹਾਂ ਵੈਸੇ ਉਹ ਜਿਹੜੀ ਨਾਰਮਲਾਈਜੇਸ਼ਨ ਹੁੰਦੀ ਹੈ ਉਹਦੇ ਵਿੱਚ ਤੁਹਾਡੇ ਨੰਬਰ ਵਧਣ ਵੀਗੇ ਐਂਡ ਕੱਟਣ ਵੀਗੇ ਤਾਂ ਅਫੀਸ਼ੀਅਲ ਆਨਸਰ ਕੀ ਆਪਾਂ ਨੂੰ ਜਲਦੀ ਹੀ ਦੇਖਣ ਨੂੰ ਮਿਲ ਸਕਦੀ ਹੈ ਐਂਡ ਹੋ ਸਕਦਾ ਟਾਈਮ ਸੋ ਇਹ ਸੀ ਗੇਕ ਇਨਫਰਮੇਸ਼ਨ ਸੋ ਵੀਡੀਓ ਨੂੰ ਵਾਤਵਾਦੀ ਸ਼ੇਅਰ ਜ਼ਰੂਰ ਕਰਨਾ ਆਪਣੇ ਆਪਣੇ ਮਾਰਕਸ ਕਮੈਂਟ ਬਾਕਸ ਵਿੱਚ ਦੱਸਣੇ ਨੇ ਨੰਬਰ ਮੈਂ ਤੁਹਾਨੂੰ ਦੱਸ ਚੁੱਕਿਆ ਤੁਹਾਡੀ ਕੋਈ ਵੀ ਆਬਜੈਕਸ਼ਨ ਬਣਦੀ ਹੈ ਠੀਕ ਹੈ ਡਾਇਰੈਕਟ ਜਿਹੜੀ ਜਿਹੜਾ ਤੁਹਾਡਾ ਪੇਪਰ ਸੀਗਾ ਉਹਦਾ ਵੀ ਉਹਦੀ ਜਿਹੜੀ ਪੀਡੀਐਫ ਹੈ ਉਹ ਤੁਸੀਂ ਮੈਨੂੰ ਵਟਸਐਪ ਥਰੂ ਸੈਂਡ ਕਰ ਦੇਣੀ ਹੈ ਕਾਲ ਨਹੀਂ ਕਰਨੀ ਸਿਰਫ ਵਟਸਐਪ ਥਰੂ ਤੁਸੀਂ ਹੀ ਮੈਨੂੰ ਮੈਸੇਜ ਕਰਨਾ ਹੈ ਸੋ ਇਸ ਦੇ ਨਾਲ ਹੀ ਵੀਡੀਓ ਨੂੰ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ